ਤੁਸੀਂ ਇਹ ਸੋਚ ਕੇ ਦੇਖੋ ਕਿ ਉਹ ਆਦਮੀ ਕਿੰਨਾ ਖਤਰਨਾਕ ਹੋਵੇਗਾ ਜਿਸ ਨੂੰ ਕੋਰਟ ਨੇ ਸਾਲ 2 ਸਾਲ ਦੀ ਨਹੀਂ ਬਲਕਿ 450 ਸਾਲ ਦੀ ਸਜ਼ਾ ਸੁਣਾਈ ਹੈ। ਇਹ ਇੱਕ ਅਜਿਹਾ ਇਨਸਾਨ ਹੈ ਜਿਸ ਨੂੰ ਅੱਜ ਤੱਕ ਦੁਨੀਆ ਦੀ ਕੋਈ ਅਦਾਲਤ ਵੀ ਨਹੀਂ ਸਮਝ ਸਕੀ। ਇਹ ਆਦਮੀ ਬਾਹਰ ਦੀ ਦੁਨੀਆ ਦੇ ਲਈ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਕੋਰਟ ਵੱਲੋਂ ਸਪੈਸ਼ਲ ਕਿਹਾ ਗਿਆ ਹੈ ਕਿ ਕੁਝ ਵੀ ਹੋ ਜਾਵੇ ਇਸ ਇਨਸਾਨ ਨੂੰ ਤੁਸੀਂ ਕਦੇ ਵੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਕੱਢਣਾ। ਇਹ ਇਨਸਾਨ ਬਾਹਰਲੀ ਦੁਨੀਆ ਲਈ ਤਾਂ ਇੰਨਾ ਖਤਰਨਾਕ ਹੈ ਹੀ ਪਰ ਜੇਲ੍ਹ ਦੇ ਵਿੱਚ ਰਹਿੰਦੇ ਵੀ ਇਹ ਕਈ ਅਜਿਹੇ ਕਾਂਡ ਕਰ ਚੁੱਕਿਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹਾਂਜੀ, ਅਸੀਂ ਗੱਲ ਕਰ ਰਹੇ ਹਾਂ ਜੀ ਨਿਕੋ ਜੈਂਸਕੀ ਦੀ। ਇਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਕੈਦੀ ਵੀ ਮੰਨਿਆ ਜਾਂਦਾ ਹੈ। ਇਹ ਇਨਸਾਨ ਕੱਲਾ ਜੇਲ੍ਹ ਦੇ ਵਿੱਚ ਹੀ ਨਹੀਂ ਬਲਕਿ ਇੰਟਰਨੈਟ ਦੇ ਉੱਤੇ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ। ਜਦੋਂ ਇਹ ਕੈਮਰੇ ਦੇ ਅੱਗੇ ਆ ਕੇ ਆਪਣੀ ਖਤਰਨਾਕ ਲੁੱਕ ਦਿੰਦਾ ਹੈ ਤਾਂ ਇਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਵੀ ਇਨਸਾਨ ਇਸ ਦੇ ਸਾਹਮਣੇ ਆ ਜਾਵੇਗਾ ਇਹ ਉਸ ਨੂੰ ਮਾਰ ਦੇਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਜੀ ਨਿਕੋ ਦੀ ਜ਼ਿੰਦਗੀ ਬਾਰੇ। ਉਸ ਦੀ ਜ਼ਿੰਦਗੀ ਹਮੇਸ਼ਾ ਤੋਂ ਹੀ ਮੁਸ਼ਕਲਾਂ ਭਰੀ ਸੀ। ਨਿਕੋ ਆਪਣੀ ਛੋਟੀ ਉਮਰ ਦੇ ਵਿੱਚ ਹੀ ਜਿਹੜੀਆਂ ਚੀਜ਼ਾਂ ਨੂੰ ਆਪਣੇ ਪਰਿਵਾਰ ਦੇ ਅੰਦਰ ਹੁੰਦਿਆਂ ਦੇਖ ਰਿਹਾ ਸੀ ਉਹ ਚੀਜ਼ਾਂ ਕਿਸੇ ਵੀ ਬੱਚੇ ਦੇ ਲਈ ਦੇਖਣੀਆਂ ਬਹੁਤ ਜ਼ਿਆਦਾ ਮੁਸ਼ਕਲ ਨੇ। ਇਹ ਨਿਕੋ ਦਾ ਫੈਮਿਲੀ ਚਾਰਟ ਹੈ। ਉਸ ਦਾ ਪਰਿਵਾਰ ਉਗਾਹਾਂ ਦੇ ਵਿੱਚ ਰਹਿੰਦਾ ਸੀ। ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਪਿਤਾ, ਨਿਕੋ ਦੀਆਂ 3 ਭੈਣਾਂ ਤੇ ਇਸ ਦੇ ਚਾਚਾ ਚਾਚੀ ਤੋਂ ਲੈ ਕੇ ਸਾਰੇ ਜਣੇ ਖਤਰਨਾਕ ਅਪਰਾਧੀ ਸਨ। ਪਰ ਇਹਨਾਂ ਸਾਰਿਆਂ ਦੇ ਵਿੱਚ ਜਿਹੜਾ ਦੁਨੀਆ ਦੇ ਸਾਹਮਣੇ ਸਭ ਤੋਂ ਵੱਧ ਉੱਭਰ ਕੇ ਆਇਆ ਉਹ ਸੀ ਇਕੱਲਾ ਨਿਕੋ। ਨਿਕੋ ਨੂੰ ਬਾਰ ਬਾਰ ਸਰਕਾਰ ਵੱਲੋਂ ਅਲੱਗ ਅਲੱਗ ਤਰ੍ਹਾਂ ਦੇ ਮੈਂਟਲ ਹਸਪੀਟਲ ਦੇ ਵਿੱਚ ਭਰਤੀ ਕੀਤਾ ਗਿਆ ਤਾਂ ਕਿ ਉਸਦੇ ਦਿਮਾਗ ਬਾਰੇ ਪਤਾ ਲੱਗ ਸਕੇ ਕਿਉਂਕਿ ਉਹ ਇੰਨੇ ਘਿਨਾਉਣੇ ਜੁਰਮ ਕਿਉਂ ਕਰ ਰਿਹਾ ਹੈ ਤੇ ਉਸਦੇ ਪਿੱਛੇ ਕਾਰਨ ਕੀ ਹੈ। ਪਰ ਹਰ ਵਾਰ ਸਰਕਾਰ ਨੂੰ ਕੁਝ ਵੀ ਨਹੀਂ ਮਿਲਿਆ। ਜਦੋਂ ਨਿਕੋ ਸਿਰਫ 7 ਸਾਲ ਦਾ ਸੀ ਤਾਂ ਉਸਨੇ ਆਪਣੇ ਖੁਦ ਦੇ ਪੈਸਿਆਂ ਦੇ ਨਾਲ 7 ਸਾਲ ਦੀ ਉਮਰ ਦੇ ਵਿੱਚ ਹੀ ਇੱਕ 25 ਕੈਲੀਵਰ ਦੀ ਹੈਂਡ ਗਨ ਖਰੀਦ ਲਈ ਸੀ। ਇਹ ਗਨ ਉਸਨੇ ਸਿਰਫ ਇਸ ਲਈ ਖਰੀਦੀ ਸੀ ਤਾਂ ਕਿ ਉਹ ਸਕੂਲ ਦੇ ਵਿੱਚ ਆਪਣੇ ਨਾਲ ਦੇ ਬੱਚਿਆਂ ਦੇ ਉੱਪਰ ਆਪਣੀ ਦਹਿਸ਼ਤ ਬਣਾ ਸਕੇ। ਜਦੋਂ ਨਿਕੋ 11 ਸਾਲਾਂ ਦਾ ਹੋਇਆ ਤਾਂ ਉਹ ਪੂਰਾ ਦਿਨ ਸਕੂਲ ਨਹੀਂ ਜਾਂਦਾ ਸੀ ਬਲਕਿ ਆਪਣੇ ਸ਼ਹਿਰ ਦੇ ਲੋਕਲ ਗੈਂਗ ਦੇ ਨਾਲ ਬਹਿ ਕੇ ਉੱਥੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। 13 ਸਾਲ ਦੀ ਉਮਰ ਦੇ ਵਿੱਚ ਹੀ ਨਿਕੋ ਦੇ ਮੂੰਹ ਨੂੰ ਖੂਨ ਲੱਗ ਗਿਆ ਸੀ ਕਿਉਂਕਿ ਉਸਨੇ ਇੱਕ ਵਿਅਕਤੀ ਨੂੰ ਇੰਨੀ ਬੁਰੀ ਤਰ੍ਹਾਂ ਦੇ ਨਾਲ ਚਾਕੂ ਮਾਰੇ ਸਨ ਕਿ ਉਸਦੀ ਹਾਲਤ ਮਰਨ ਵਾਲੀ ਹੋ ਗਈ ਸੀ। ਨਿਕੋ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਗੈਂਗ ਜੁਆਇਨ ਕਰ ਲਈ ਸੀ। ਸਨ 2003 ਦੇ ਵਿੱਚ ਜਦੋਂ ਉਸਦੀ ਉਮਰ ਸਿਰਫ 15 ਸਾਲ ਸੀ ਉਦੋਂ ਉਹ ਪਹਿਲੀ ਵਾਰ ਜੇਲ੍ਹ ਗਿਆ ਕਿਉਂਕਿ ਉਸ ਟਾਈਮ ਉਹ ਰੰਗੇ ਹੱਥੀ ਚੋਰੀ ਕਰਦਾ ਫੜਿਆ ਗਿਆ ਸੀ। ਤੋਂ ਬਾਅਦ ਨਿਕੋ ਨੇ ਜੇਲ੍ਹ ਦੇ ਵਿੱਚ ਰਹਿੰਦੇ ਹੋਏ ਜੇਲ੍ਹ ਪ੍ਰਸ਼ਾਸਨ ਦੇ ਲਈ ਉੱਥੇ ਪਰੇਸ਼ਾਨੀਆਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਜੇਲ੍ਹ ਦੇ ਵਿੱਚ ਰਹਿੰਦੇ ਹੀ ਉਸਦੇ ਉੱਪਰ ਕੋਰਟ ਨੇ ਹੋਰ 2 ਧਰਾਵਾਂ ਲਗਾ ਦਿੱਤੀਆਂ। ਇੱਕ ਤਾਂ ਜਦੋਂ ਉਸ ਨੂੰ ਪੇਸ਼ੀ ਦੇ ਲਈ ਕੋਰਟ ਲਿਜਾਇਆ ਜਾ ਰਿਹਾ ਸੀ ਤਾਂ ਨਿਕੋ ਨੇ ਆਪਣੇ ਗਾਰਡ ਦੇ ਉੱਪਰ ਹੀ ਹਮਲਾ ਕਰ ਦਿੱਤਾ। ਇਸ ਤੋਂ ਬਿਨਾਂ ਨਿਕੋ ਦੇ ਉੱਪਰ ਇਹ ਵੀ ਇਲਜ਼ਾਮ ਲੱਗਿਆ ਸੀ ਕਿ ਉਸਨੇ ਜੇਲ੍ਹ ਦੇ ਵਿੱਚ ਦੂਜੇ ਕੈਦੀਆਂ ਨੂੰ ਭੜਕਾ ਦਿੱਤਾ ਸੀ ਜਿਸ ਕਾਰਨ ਉੱਥੇ ਦੰਗੇ ਭੜਕ ਗਏ ਸਨ। ਇੰਨੀਆਂ ਸਾਰੀਆਂ ਵਾਰਦਾਤਾਂ ਕਰਨ ਤੋਂ ਬਾਅਦ ਵੀ ਜੱਜ ਨੇ ਜਿਹੜਾ ਫੈਸਲਾ ਨਿਕੋ ਦੇ ਲਈ ਲਿਆ ਉਸਨੇ ਕਈ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਕਿਉਂਕਿ ਜੱਜ ਨੇ ਸਾਰੀਆਂ ਚੀਜ਼ਾਂ ਦੇਖਣ ਦੇ ਬਾਵਜੂਦ ਵੀ ਨਿਕੋ ਨੂੰ ਸਿਰਫ 10 ਸਾਲ ਦੀ ਸਜ਼ਾ ਦਿੱਤੀ ਤੇ ਉਹ ਸਨ 2013 ਦੇ ਵਿੱਚ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆ ਗਿਆ। ਆਮ ਤੌਰ ਤੇ ਜ਼ਿਆਦਾਤਰ ਲੋਕ ਜਦੋਂ ਜੇਲ੍ਹ ਜਾਂਦੇ ਨੇ ਜਾਂ ਤਾਂ ਉਹ ਸੁਧਰ ਜਾਂਦੇ ਨੇ ਜਾਂ ਉਹ ਪਹਿਲਾਂ ਤੋਂ ਵੀ ਜ਼ਿਆਦਾ ਵਿਗੜ ਜਾਂਦੇ ਨੇ। ਇਸ ਕਰਕੇ ਨਿਕੋ ਨੇ ਵੀ ਦੂਜਾ ਰਾਹ ਚੁਣਿਆ ਜਾਣੀ ਕਿ ਉਹ ਹੋਰ ਜ਼ਿਆਦਾ ਵਿਗੜ ਗਿਆ। ਨਿਕੋ ਜੇਲ੍ਹ ਤੋਂ ਬਾਹਰ ਆ ਕੇ ਮਰਨ ਮਾਰਨ ਦੇ ਉੱਪਰ ਉਤਾਰੂ ਰਹਿੰਦਾ ਸੀ ਇਸ ਕਰਕੇ ਉਸ ਦਾ ਨਾਮ ਰੱਖਿਆ ਗਿਆ ਦ ਕਿਲਿੰਗ ਮਸ਼ੀਨ। ਜੇਲ੍ਹ ਤੋਂ ਬਾਹਰ ਆਉਂਦਿਆਂ ਸਿਰਫ 11 ਦਿਨਾਂ ਬਾਅਦ ਹੀ ਨਿਕੋ ਨੇ 2 ਅਣਜਾਣ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਹੈਰਾਨੀ ਦੀ ਗੱਲ ਇਹ ਸੀ ਕਿ ਦੋਵੇਂ ਕਤਲ ਕਰਨ ਸਮੇਂ ਨਿਕੋ ਦੇ ਨਾਲ ਉਸ ਦੀਆਂ ਭੈਣਾਂ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ ਸੀ ਤੇ ਇਸ ਤੋਂ 8 ਦਿਨਾਂ ਬਾਅਦ ਨਿਕੋ ਨੇ ਇੱਕ ਕੈਦੀ ਨੂੰ ਜਿਹੜਾ ਕਿ ਉਸੇ ਦਿਨ ਹੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਇਆ ਸੀ ਉਸ ਨੂੰ ਗੋਲੀਆਂ ਮਾਰ ਕੇ ਇਸਨੇ ਮਾਰ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਿਕੋ ਨੇ ਜਿਸ ਕੈਦੀ ਨੂੰ ਮਾਰਿਆ ਸੀ ਉਹ ਜੇਲ੍ਹ ਦੇ ਵਿੱਚ ਉਸ ਦਾ ਬਹੁਤ ਵਧੀਆ ਦੋਸਤ ਸੀ ਤੇ ਉਸ ਤੋਂ ਵੱਡੀ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਸ ਦਿਨ ਨਿਕੋ ਨੇ ਆਪਣੇ ਇਸ ਦੋਸਤ ਨੂੰ ਜਾਨੀ ਕਿ ਆਪਣੇ ਨਾਲ ਦੇ ਕੈਦੀ ਨੂੰ ਮਾਰਿਆ ਉਸ ਨੂੰ ਮਾਰਨ ਤੋਂ ਪਹਿਲਾਂ ਇਹਨਾਂ ਦੋਨਾਂ ਨੇ ਇਕੱਠਿਆਂ ਬਹਿ ਕੇ ਪਹਿਲਾਂ ਦਾਰੂ ਪੀਤੀ ਤੇ ਇਹ ਫੋਟੋ ਵੀ ਕਲਿੱਕ ਕੀਤੀ ਸੀ। ਇਸ ਤੋਂ ਕੁਝ ਦਿਨਾਂ ਬਾਅਦ ਹੀ ਨਿਕੋ ਫਿਰ ਤੋਂ ਮਾਰਕੀਟ ਦੇ ਵਿੱਚ ਆਉਂਦਾ ਹੈ ਤੇ ਹਾਈਵੇ ਤੇ ਚੱਲ ਰਹੀ ਇੱਕ ਐਕਸਯੂਵੀ ਕਾਰ ਨੂੰ ਉਹ ਰੁਕਵਾਉਂਦਾ ਹੈ ਤੇ ਉਸ ਦੇ ਵਿੱਚ ਸਵਾਰ ਔਰਤ ਨੂੰ ਉਹ ਬਾਹਰ ਕੱਢ ਕੇ ਉਸ ਦੇ 4 ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੰਦਾ ਹੈ। ਇਹ ਮਾਰੀ ਗਈ ਔਰਤ 4 ਬੱਚਿਆਂ ਦੀ ਇਕਲੌਤੀ ਮਾਂ ਸੀ ਤੇ ਇਸ ਵਾਰਦਾਤ ਦੇ ਵਿੱਚ ਨਿਕੋ ਦਾ ਸਾਥ ਦਿੱਤਾ ਸੀ ਉਸ ਦੇ ਸਕੇ ਚਾਚੇ ਨੇ। ਇਥੋਂ ਹੁਣ ਸਾਨੂੰ ਇਹ ਤਾਂ ਪਤਾ ਚੱਲ ਹੀ ਗਿਆ ਹੈ ਕਿ ਨਿਕੋ ਦੀ ਹਰ ਇੱਕ ਵਾਰਦਾਤ ਦੇ ਵਿੱਚ ਉਸ ਦੇ ਸਕੇ ਹੀ ਉਸ ਦਾ ਸਾਥ ਦੇ ਰਹੇ ਸਨ। ਪਰ ਇਹਨਾਂ ਸਾਰੇ ਕਾਂਡ ਦੇ ਵਿੱਚੋਂ ਇੱਕ ਕਾਂਡ ਅਜਿਹਾ ਵੀ ਸੀ ਜਿਸ ਦੇ ਵਿੱਚ ਨਿਕੋ ਦੀ ਮਾਂ ਵੀ ਨਿਕੋ ਦੇ ਨਾਲ ਵਾਰਦਾਤ ਦੇ ਵਿੱਚ ਸ਼ਾਮਲ ਸੀ। ਇਸ ਦੀ ਮਾਂ ਦਾ ਨਾਮ ਸੀ ਲੌਰੀ ਜੈਨਕਿੰਸ ਤੇ ਨਿਕੋ ਦੀ ਮਾਂ ਨੇ ਹੀ ਇਸ ਨੂੰ ਪਹਿਲੀ ਵਾਰਦਾਤ ਦੇ ਸਮੇਂ ਗੋਲੀਆਂ ਦੇ ਮੈਗਜ਼ੀਨ ਭਰ ਭਰ ਕੇ ਦਿੱਤੇ ਸਨ ਤੇ ਇੰਨੇ ਸਾਰੇ ਕਾਂਡ ਹੋਣ ਤੋਂ ਬਾਅਦ ਨਿਕੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਦੇ ਦੌਰਾਨ ਪੁਲਿਸ ਨੂੰ ਇਹ ਪਤਾ ਲੱਗਿਆ ਕਿ ਸ਼ਹਿਰ ਦੇ ਵਿੱਚ ਜਿੰਨੇ ਵੀ ਛੋਟੇ ਤੋਂ ਵੱਡੇ ਕਾਂਡ ਜਾਂ ਕਤਲ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਨਿਕੋ ਦਾ ਹੱਥ ਸੀ ਤੇ ਇਸ ਤੋਂ ਬਾਅਦ ਫਿਰ ਤੋਂ ਨਿਕੋ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਸੀ ਕਿ ਹੁਣ ਨਿਕੋ ਜੇਲ੍ਹ ਦੇ ਵਿੱਚ ਜਾ ਕੇ ਸੁਧਰ ਜਾਵੇਗਾ ਤੇ ਨਿਕੋ ਨੇ ਜਲਦ ਹੀ ਆਪਣਾ ਡਰਾਉਣਾ ਰੂਪ ਜੇਲ੍ਹ ਦੇ ਅੰਦਰ ਦਿਖਾਉਣਾ ਵੀ ਸ਼ੁਰੂ ਕਰ ਦਿੱਤਾ। ਨਿਕੋ ਦੀ ਜਦੋਂ ਪੁਲਿਸ ਪੁੱਛਗਿੱਛ ਕਰ ਰਹੀ ਸੀ ਤਾਂ ਉਸ ਸਮੇਂ ਨਿਕੋ ਨੇ ਦੱਸਿਆ ਕਿ ਉਸ
ਹਰਕਤਾਂ ਦੇ ਕਾਰਨ ਹੀ ਹੁਣ ਨੀਕੋ ਸੁਰਖੀਆਂ ਦੇ ਵਿੱਚ ਆ ਚੁੱਕਿਆ ਸੀ। ਇਸ ਤੋਂ ਬਾਅਦ ਜੱਜ ਨੇ ਉਸ ਜੇਲ੍ਹ ਦੇ ਵਿੱਚ ਮੌਜੂਦ ਸਾਰੇ ਪੁਲਿਸ ਵਾਲਿਆਂ ਨੂੰ ਲੈਣ ਹਾਜ਼ਰ ਕੀਤਾ ਕਿ ਤੁਹਾਡੀ ਮੌਜੂਦਗੀ ਦੇ ਵਿੱਚ ਨੀਕੋ ਦੇ ਕੋਲੇ ਰੇਜਰ ਅਤੇ ਬਲੇਡ ਕਿਵੇਂ ਆ ਗਏ। ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜੇਲ੍ਹ ਦੇ ਅੰਦਰ ਕੈਦੀ ਅਕਸਰ ਹੀ ਅਜਿਹੇ ਸਮਾਨ ਨੂੰ ਸਮਗਲ ਕਰਕੇ ਲੈ ਜਾਂਦੇ ਨੇ, ਪਰ ਇੱਥੇ ਗੱਲ ਥੋੜੀ ਅਲੱਗ ਸੀ ਕਿਉਂਕਿ ਨੀਕੋ ਨੂੰ ਹਮੇਸ਼ਾ ਤੋਂ ਹੀ ਇਕੱਲਿਆਂ ਰੱਖਿਆ ਗਿਆ ਸੀ। ਉਸ ਦੀ ਸੈੱਲ ਦੇ ਵਿੱਚ ਉਸ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਜਾ ਸਕਦਾ ਸੀ। ਇਸ ਦੇ ਕਾਰਨ ਵੀ ਜੱਜ ਹੈਰਾਨ ਸਨ ਕਿ ਨੀਕੋ ਦੇ ਕੋਲੇ ਸਮਾਨ ਕਿਸ ਤਰ੍ਹਾਂ ਪਹੁੰਚਿਆ, ਜਦਕਿ ਹਰੇਕ 15 ਮਿੰਟ ਦੇ ਬਾਅਦ ਪੁਲਿਸ ਉਸ ਨੂੰ ਜਾ ਕੇ ਉਸ ਨੂੰ ਚੈੱਕ ਕਰਦੀ ਸੀ ਤੇ ਨਾਲ ਹੀ ਨੀਕੋ 24 ਘੰਟੇ ਸੀਸੀਟੀਵੀ ਕੈਮਰੇ ਦੇ ਵੀ ਬਿਲਕੁਲ ਸਾਹਮਣੇ ਹੁੰਦਾ ਸੀ। ਉਸ ਦੇ ਵਿੱਚ ਵੀ ਉਸਨੇ ਇਹ ਕਾਂਡ ਕਰ ਦਿੱਤਾ। ਹੁਣ ਤੱਕ ਤੁਸੀਂ ਨੀਕੋ ਬਾਰੇ ਕਈ ਅਜੀਬ ਗੱਲਾਂ ਸੁਣ ਲਈਆਂ ਹੋਣਗੀਆਂ, ਪਰ ਹੁਣ ਜੋ ਮੈਂ ਤੁਹਾਨੂੰ ਦੱਸੂਗਾ ਇਹ ਸੁਣ ਕੇ ਇਹ ਗੱਲ ਤੁਹਾਡੇ ਵੀ ਹਜਮ ਨਹੀਂ ਹੋਵੇਗੀ। ਪਤਾ ਨਹੀਂ ਕਿਵੇਂ ਇੱਕ ਦਿਨ ਨੀਕੋ ਦੇ ਹੱਥ 7 ਚਾਬੀਆਂ ਦਾ ਇੱਕ ਗੁੱਛਾ ਲੱਗ ਜਾਂਦਾ ਹੈ ਤੇ ਉਹ ਇੱਕ ਇੱਕ ਕਰਕੇ ਸਾਰੀਆਂ ਚਾਬੀਆਂ ਨੂੰ ਖਾ ਜਾਂਦਾ ਹੈ। ਸਾਰਿਆਂ ਨੂੰ ਯਕੀਨ ਹੋ ਗਿਆ ਸੀ ਕਿ ਨੀਕੋ ਬਿਲਕੁਲ ਪਾਗਲ ਹੋ ਚੁੱਕਿਆ ਹੈ। ਹੁਣ ਇਸ ਦੇ ਕਾਰਨ ਹੀ ਉਸ ਨੂੰ ਸਾਈਕੈਟ੍ਰਿਸਟ ਦੇ ਨਾਲ ਮਿਲਾਇਆ ਗਿਆ ਤੇ ਜਦੋਂ ਬਹੁਤ ਸਾਰੇ ਸਾਈਕੈਟ੍ਰਿਸਟ ਨੇ ਨੀਕੋ ਨੂੰ ਚੈੱਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਨੀਕੋ ਦੀ ਹਾਲਤ ਬਿਲਕੁਲ ਠੀਕ ਠਾਕ ਹੈ, ਉਸ ਨੂੰ ਕਿਸੇ ਵੀ ਤਰ੍ਹਾਂ ਦੇ ਸਾਈਕੈਟ੍ਰਿਸਟ ਦੀ ਜ਼ਰੂਰਤ ਨਹੀਂ ਹੈ, ਬਿਲਕੁਲ ਉਹ ਇੱਕ ਨਾਰਮਲ ਇਨਸਾਨ ਹੈ। ਉਹਨਾਂ ਨੇ ਦੱਸਿਆ ਕਿ ਨੀਕੋ ਨੂੰ ਕੋਈ ਦਿਮਾਗੀ ਬਿਮਾਰੀ ਨਹੀਂ ਹੈ, ਬਲਕਿ ਉਹ ਇਹ ਸਭ ਕੁਝ ਤਾਂ ਕਰ ਰਿਹਾ ਹੈ ਕਿ ਤਾਂ ਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ ਤੇ ਉਹ ਪਾਗਲ ਘੋਸ਼ਿਤ ਹੋ ਜਾਵੇ। ਮਈ 2017 ਦੇ ਵਿੱਚ 3 ਜੱਜਾਂ ਦੇ ਇੱਕ ਬੈਂਚ ਨੇ ਨੀਕੋ ਨੂੰ ਫਾਈਨਲ ਡਿਸੀਜਨ ਸੁਣਾਇਆ। ਇਹਨਾਂ 3 ਜੱਜਾਂ ਦੇ ਬੈਂਚ ਨੇ ਨੀਕੋ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਨਾਲ ਹੀ ਉਹਨਾਂ ਨੇ ਇਸ ਦੇ ਵਿੱਚ ਇਹ ਵੀ ਚੀਜ਼ ਐਡ ਕੀਤੀ ਕਿ ਜੇਕਰ ਕਿਸੇ ਕਾਰਨ ਨੀਕੋ ਦੀ ਮੌਤ ਦੀ ਸਜ਼ਾ ਰੱਦ ਹੁੰਦੀ ਹੈ ਜਾਂ ਘਟਦੀ ਹੈ ਤਾਂ ਇਸ ਨੂੰ ਫਿਰ ਵੀ 450 ਸਾਲ ਜੇਲ੍ਹ ਦੇ ਵਿੱਚ ਬਿਤਾਉਣੇ ਪੈਣਗੇ ਤੇ ਅੱਜ ਵੀ ਨੀਕੋ ਆਪਣੀ ਬਾਕੀ ਦੀ ਬਚੀ ਹੋਈ ਸਜ਼ਾ ਜੇਲ੍ਹ ਦੇ ਵਿੱਚ ਕੱਟ ਰਿਹਾ ਹੈ। ਇਹ ਸੀ ਜੀ ਇੱਕ ਖਤਰਨਾਕ ਅਪਰਾਧੀ ਨੀਕੋ ਦੇ ਬਾਰੇ ਕੁਝ ਜਾਣਕਾਰੀ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।